ਦੋਸਤੋ, ਮੈਂ ਤੁਹਾਡਾ ਰਾਜ ਗਿੱਲ, ਤੁਸੀਂ ਦੇਖ ਰਹੇ ਹੋ ਪੰਜਾਬ ਲਾਈਵ ਟੀਵੀ ਨਿਊਜ਼ ਚੈਨਲ। ਕੁਛ ਖਾਸ ਖਬਰਾਂ ਲੈ ਕੇ ਅੱਜ ਹਾਜ਼ਰ ਹੋਏ ਹਾਂ। ਸੋ ਗੱਲ ਕਰਨ ਜਾ ਰਿਹਾ ਕਰੋਨਾ ਵਾਇਰਸ ਤੇ। ਕਰੋਨਾ ਵਾਇਰਸ ਜੋ ਭੈੜੀ ਬਿਮਾਰੀ ਸਾਡੇ ਦੇਸ਼ ਵਿੱਚ ਅੱਗ ਦੀ ਤਰ੍ਹਾਂ ਫੈਲ ਰਹੀ ਹੈ, ਘਰ ਘਰ ਲੋਕ ਪਰੇਸ਼ਾਨ ਨੇ, ਬੱਚੇ ਪਰੇਸ਼ਾਨ ਨੇ, ਬਜ਼ੁਰਗ ਪਰੇਸ਼ਾਨ ਨੇ, ਹਰ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਇਸ ਬਿਮਾਰੀ ਨੂੰ ਲੈ ਕੇ। ਸੋ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ, ਜਿਨ੍ਹਾਂ ਵੱਲੋਂ 21 ਦਿਨ ਲਈ ਲੋਕਡਾਊਨ ਕੀਤਾ ਗਿਆ ਪੂਰੇ ਹਿੰਦੁਸਤਾਨ ਨੂੰ। ਭਾਰਤ ਬੰਦ ਦੌਰਾਨ ਉਹ ਲੋਕ ਜਿਹੜੇ ਭੁੱਖਮਰੀ ਦੇ ਨਾਲ ਘੁਲ ਰਹੇ ਨੇ, ਜਿਨ੍ਹਾਂ ਨੇ ਸਵੇਰ ਨੂੰ ਕਮਾਉਣਾ ਅਤੇ ਸ਼ਾਮ ਨੂੰ ਉਹਨਾਂ ਦੇ ਘਰ ਦਾ ਚੁੱਲ੍ਹਾ ਚੱਲਣਾ, ਅਤੇ ਉਹ ਲੋਕ ਭੁੱਖਮਰੀ ਦਾ ਕਰਕੇ ਰੋਟੀ ਤੋਂ ਵੀ ਵਾਂਝੇ ਨਜ਼ਰ ਆ ਰਹੇ ਨੇ। ਸੋ ਉਹਨਾਂ ਗਰੀਬਾਂ ਨੂੰ ਜਿੱਥੇ NRI ਵੀਰਾਂ ਦਾ ਸਹਿਯੋਗ ਮਿਲ ਰਿਹਾ, ਪਿੰਡਾਂ ਸ਼ਹਿਰਾਂ ਦੇ ਵਿੱਚ ਪੰਚ ਸਰਪੰਚ MC ਸਾਹਿਬ ਜਿੱਥੇ ਇਹਨਾਂ ਗਰੀਬਾਂ ਨੂੰ ਮਦਦ ਕਰਦੇ ਨਜ਼ਰ ਆਏ ਨੇ, NRI ਵੀਰ ਗਿਆਨ ਜੀ ਜਿਨ੍ਹਾਂ ਵੱਲੋਂ ਮਾਲੀ ਮਦਦ ਭੇਜੀ ਗਈ, ਪਿੰਡ ਦੇ ਸਾਬਕਾ ਸਰਪੰਚ ਮਨੋਹਰ ਬੈਂਸ ਜੀ ਅਤੇ ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਘਰ ਘਰ ਜਾ ਕੇ ਇਸ ਮਾਲੀ ਮਦਦ ਨੂੰ ਪਹੁੰਚਾਇਆ। ਆਓ ਦੇਖਦੇ ਹਾਂ ਇਸ 'ਤੇ ਆਪਾਂ ਜਸਵੀਰ ਸਿੰਘ ਦੀ ਇੱਕ ਖਾਸ ਰਿਪੋਰਟ।
ਪੰਜਾਬ ਬਚਾਓ, ਪੰਜਾਬ ਬਚਾਓ, ਦੇਸ਼ ਬਚਾਓ। ਅੱਜ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਜਿਹੜੀ ਬਿਮਾਰੀ, ਨਾ ਮੁਰਾਦ ਬਿਮਾਰੀ ਜਿਹੜੀ ਆ ਫੈਲੀ ਹੋਈ ਆ। ਅੱਜ ਉਸ ਬਿਮਾਰੀ ਦਾ ਕਰਕੇ ਵੱਖ ਵੱਖ ਸੰਸਥਾਵਾਂ, ਪੁਲਿਸ ਪ੍ਰਸ਼ਾਸਨ ਔਰ ਸਰਕਾਰ ਵੱਲੋਂ ਜੋ ਮਾਲੀ ਮਦਦ ਭੇਜੀ ਜਾਂਦੀ ਆ, ਅੱਜ ਪੂਰੇ ਜਿਹੜੇ ਲੋੜਵੰਦ ਔਰ ਗਰੀਬ ਪਰਿਵਾਰਾਂ ਨੂੰ ਜਿਹੜੀ ਆ ਲੋੜ ਅਨੁਸਾਰ ਜਿਹੜੀ ਆ ਉਹ ਮਦਦ ਕੀਤੀ ਜਾ ਰਹੀ ਆ। ਅੱਜ ਸਾਡੇ ਚਾਚਾ ਜੀ, ਸਾਡੀ ਵੈਂਸ ਫੈਮਿਲੀ ਵੱਲੋਂ ਵੀ ਕੁਝ ਲੋੜਵੰਦ ਜਿਹੜੇ ਗਰੀਬ ਪਰਿਵਾਰ ਸੀ ਉਹਨਾਂ ਨੂੰ ਵੀ ਮਾਲੀ ਮਦਦ ਦਿੱਤੀ ਗਈ ਆ। ਪਰ ਉਹਦੇ ਨਾਲ ਅਸੀਂ ਇਹ ਵੀ ਇੱਕ ਸੰਦੇਸ਼ਾ ਤੁਹਾਨੂੰ ਦੇਣਾ ਚਾਹੁੰਦੇ ਹਾਂ ਕਿ ਮਾਲੀ ਮਦਦ ਵੀ ਇਸੇ ਤਰ੍ਹਾਂ ਸਰਕਾਰ ਨੇ ਵੀ, ਸੰਸਥਾਵਾਂ ਵੀ ਕਰਦੀਆਂ ਰਹਿਣਗੀਆਂ। ਪਰ ਸਾਨੂੰ ਇੱਕ ਤੁਹਾਨੂੰ ਸੰਦੇਸ਼ਾ ਆ ਕਿ ਇਸ ਬਿਮਾਰੀ ਦਾ ਇੱਕੋ ਇਲਾਜ ਹੈ ਕਿ ਸਾਨੂੰ ਜਿਹੜਾ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਜਿਹੜਾ ਸਮਾਂ ਬਤੀਤ ਕਰਨਾ ਚਾਹੀਦਾ ਆ। ਔਰ ਜਿਹੜੇ ਲੋਕ ਤਮਾਸ਼ਗਿਰੀ ਲੋਕ ਬਹੁਤ ਇਹੋ ਜਿਹੇ ਹੈਗੇ ਆ ਜੋ ਪਿੰਡਾਂ ਦੇ ਵਿੱਚ ਢਾਣੀਆਂ ਬਣ ਬਣ ਕੇ ਤਾਸ਼ ਖੇਡ ਰਹੇ ਆ ਜਾਂ ਸ਼ੋਰ ਸ਼ਰਾਬਾ ਕਰ ਰਹੇ ਆ, ਉਹਨਾਂ ਵੀਰਾਂ ਨੂੰ ਵੀ ਮੇਰੇ ਵੱਲੋਂ ਅਪੀਲ ਆ ਕਿ ਜਿਹੜਾ ਅੱਜ ਇਹੋ ਜਿਹੀ ਕਰੋਨਾ ਵਾਇਰਸ ਜਿਹੜੀ ਬਿਮਾਰੀ ਆ, ਇਹਦਾ ਇੱਕੋ ਹੱਲ ਹੈ ਦਵਾਈ ਨਹੀਂ, ਇੱਕੋ ਹੱਲ ਹੈ ਕਿ ਸਾਨੂੰ ਘਰੇ ਜਿਹੜਾ ਰਹਿਣਾ ਚਾਹੀਦਾ ਆ। ਕਿ ਸਾਡੇ ਸਤਿਕਾਰਯੋਗ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੀ, ਉਹਨਾਂ ਦਾ ਵੀ ਇਹੀ ਸੰਦੇਸ਼ ਆਇਆ ਕਿ ਸਾਨੂੰ ਘਰ ਦੇ ਵਿੱਚ ਰਹਿਣਾ ਚਾਹੀਦਾ। ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦਾ ਵੀ ਇਹ ਸਾਰੇ ਪਬਲਿਕ ਨੂੰ, ਸਾਰੇ ਲੋਕਾਂ ਨੂੰ ਕਹਿਣਾ ਕਿ ਸਾਨੂੰ ਘਰ ਦੇ ਵਿੱਚ ਰਹਿਣਾ ਚਾਹੀਦਾ ਆ। ਇਹੀ ਹੱਲ ਹੈ ਕਿ ਜਿਹੜੀ ਸਾਡੀ ਇਹ ਬਿਮਾਰੀ ਪੰਜਾਬ ਦੇ ਵਿੱਚ, ਪੂਰੇ ਦੁਨੀਆ ਦੇ ਵਿੱਚ, ਦੇਸ਼ ਦੇ ਵਿੱਚ ਆਈ ਆ, ਇਸੇ ਤਰ੍ਹਾਂ ਜਿਹੜੀ ਬਿਮਾਰੀ ਦਾ ਹੱਲ ਹੈ। ਇਸੇ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਤੁਸੀਂ ਆਪੋ ਆਪਣੇ ਘਰ ਬੈਠੋ। ਸਹਿਯੋਗੀ ਸੱਜਣ ਜਿਹੜੇ ਆ ਉਹ ਵੀ, ਸੋਨੀ ਗਿੱਲ ਜੀ, ਸਰਤਾਜ ਬਿੱਟਾ ਜੀ, ਸੋਖਾ ਜੀ, ਲਾਜਰ ਜੀ, ਅਜੇ ਜੀ ਹੁਣੀ ਇੱਧਰ ਸਾਰੇ ਮੇਰੇ ਨਾਲ ਆ, ਜੀਵਨ ਜੀ ਹੁਣੀ, ਕਨਾਰਮ ਜੀ ਔਰ ਵੀ ਸਾਡੇ ਦੋਸਤ ਨੇ ਜਿਹੜਾ ਪਿੰਡਾਂ ਦੇ ਵਿੱਚ ਔਰ ਘਰੇ ਘਰੇ ਜਾ ਕੇ ਲੋਕਾਂ ਨੂੰ ਕਹਿ ਰਹੇ ਸੀ ਕਿ ਸਾਨੂੰ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਜਿਹੜੇ ਘਰ ਲੈ ਕੇ ਬੈਠੋ। ਇਸੇ ਕਰਕੇ ਤੁਹਾਨੂੰ ਅਪੀਲ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰ ਬੈਠੋ।